ਕੀ ਫਾਇਦਾ ਏ ਤਸਬੀਹਾਤ ਫੜ ਕੇ, ਵਾਹ ਵਾਹ, ਚਿੱਲੇ ਕਿਤੇ ਤੇ ਰੱਬ ਨਾ ਮਿਲਿਆ ਕੀ ਫਾਇਦਾ ਏ ਚਿੱਲਿਆਂ ਵਿੱਚ ਵੜ ਕੇ, ਵਾਹ, ਐਵੇਂ ਹੀ ਰੋਜ਼ ਸ਼ੈਤਾਨ ਨਾਲ ਲੜਦਾ ਏ ਕਦੇ ਨਫਸਾਂ ਪਰੇ ਨਾਲ ਲੜਿਆ ਹੀ ਨੀ, ਕਿਆ ਬਾਤ, ਬੁੱਲੇ ਸ਼ਾਹ ਅਸਮਾਨ ਨੀ ਉੱਡਦੀਆਂ ਫਰਦਾ ਏ ਕਦੇ ਘਰ ਬੈਠਿਆ ਫਰਿਆ ਹੀ ਨੀ, ਵਾਹ ਵਾਹ, ਬੁੱਲੇ ਸ਼ਾਹ ਫਰਮਾਨੇ ਰਾਤੀ ਜਾਗੇ ਤੇ ਸ਼ੈਖ ਕਲਾਵੇ ਪਰ ਰਾਤ ਨੂੰ ਜਾਗਣ ਕੁੱਤੇ ਟੈਂਥੀ ਉੱਤੇ, ਰਾਤੀ ਜਾਗੇ ਤੇ ਸ਼ੈਖ ਕਲਾਵੇ ਨੇ ਸੋਰੀ ਰਾਤੀ ਜਾਗੇ ਸ਼ੈਖ ਕਲਾਵੇ ਪਰ ਰਾਤ ਨੂੰ ਜਾਗਣ ਕੁੱਤੇ ਟੈਂਥੀ ਉੱਤੇ, ਰਾਤੀ ਪੌਂਕ ਨੂੰ ਵਸਦਾ ਏ ਫਿਰ ਜਾਲ ਰਾਹ ਵਿੱਚ ਸੁੱਤੇ ਟੈਂਥੀ ਉੱਤੇ, ਰਾਤੀ ਯਾਰ ਦਾ ਬੂਹਾ ਬੋਲਣਾ ਛੱਡਦੇ ਭਾਵੇਂ ਮਾਰੋ ਸੋ ਸੋ ਜੁੱਤੇ ਟੈਂਥੀ ਉੱਤੇ, ਬੁੱਲੇ ਸ਼ਾਹ ਉੱਠ ਯਾਰ ਮਨਾ ਲੈ ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਤੈਂਥੀ ਉੱਤੇ, ਕਿਆ ਬਾਤ ਸ਼ਾਹ ਸਾਹਿਬ, ਬਹੁਤ ਸ਼ੁਕਰ ਮੇਰੇ ਵੱਲੋਂ ਸਾਇਆ ਨੂੰ ਯਾਇਲੀ ਮਦਦ, ਪੀਰ ਮੌਲਾ ਅਲੀ ਮਦਦ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ। ਮੁਰਸ਼ਦ ਦੇ ਦਰਵਾਜ਼ੇ ਉੱਤੇ ਮੁਹਕਮ ਲਾਈਏ ਚੌਕਾਂ, ਮੁਰਸ਼ਦ ਦੇ ਦਰਵਾਜ਼ੇ ਉੱਤੇ ਮੁਹਕਮ ਲਾਈਏ ਚੌਕਾਂ, ਨਵੇਂ ਨਵੇਂ ਨਾ ਯਾਰ ਬਣਾਈਏ ਵਾਂਗ ਕਮੀਨੀਆਂ ਲੋਕਾਂ। ਇੱਕ ਵਾਰ ਫਿਰ ਚੱਲ ਰਹੇ ਹਾਂ ਜੀ ਮੁਜਤਬਾ ਹੈਦਰ ਔਰ ਇਰਤਜ਼ਾ ਹੈਦਰ ਵਾਲੇ ਪਾਸੇ ਜੀ। ਰੱਖ ਪੰਜਾ ਤੇ ਬਾਰਾਂ ਨਾਲ ਪਿਆਰ ਤੂੰ, ਰੱਖ ਪੰਜਾ ਤੇ ਬਾਰਾਂ ਨਾਲ ਪਿਆਰ ਤੂੰ, ਰੱਖ ਪੰਜਾ ਤੇ ਬਾਰਾਂ ਨਾਲ ਪਿਆਰ ਤੂੰ, ਇਹਨਾਂ ਦੇ ਦਰ ਤੇ ਜ਼ਿੰਦਗੀ ਗੁਜ਼ਾਰ ਤੂੰ, ਬਹੁ ਕੀਤੀ ਪਰਜ਼ ਖੁਦਾ ਨੇ ਇਹਨਾਂ ਦੀ ਵਿਦਾ ਕੀਤੀ। ਮਨ ਮੇਰੀ ਗੱਲ ਆਜਾ ਜ਼ਿੰਦਗੀ ਤੂੰ ਰੋਲਣਾ, ਮਨ ਮੇਰੀ ਗੱਲ ਆਜਾ ਜ਼ਿੰਦਗੀ ਤੂੰ ਰੋਲਣਾ, ਹੱਥ ਦੇ ਨੂਰ ਨੂੰ ਤੂੰ ਇੱਕ ਜਾ ਕੇ ਤੋਲਣਾ, ਜੰਨਤ ਤੇ ਕੋਸਰ ਦੇ ਅਯੋ ਮੁਖਤਾਰ ਨੇ,
ਕੋਸਰ ਦੇ ਯੋ ਮੁਖਤਾਰ ਨੇ ਉਲਦ ਬਰੀ ਦੇ ਭਾਇਆ ਅਯੋ ਸਰਦਾਰ ਨੇ ਉਲਦ ਬਰੀ ਦੇ ਭਾਇਆ ਅਯੋ ਸਰਦਾਰ ਨੇ ਜਨਤ ਤੇ ਕੋਸਰ ਦੇ ਅਯੋ ਮੁਖਤਾਰ ਸਰਦਾਰ ਨੇ ਅਲੀ ਦੇ ਵਿੱਚ ਜ਼ਿੰਦਗੀ ਗੁਜ਼ਾਰੇ ਟਿਕਟਾਂ ਦੇ ਸੀ ਅਮੋਲਾ ਹੈਦਰ ਕਰਾਰ ਤਾਈ ਪੁੱਲ ਸਰਾ ਤੂੰ ਉਸ ਪਾਰ ਤੂੰ ਉਹ ਤਾਈ ਪੁੱਲ ਸਰਾ ਤੂੰ ਉਸ ਪਾਰ ਤੂੰ ਇਹਨਾਂ ਦੇ
ਰੱਖ ਪੰਜਾਂ ਅਤੇ ਬਾਰਾਂ ਨਾਲ ਪਿਆਰ ਤੋਂ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ, ਕਿਉਂਕਿ ਬਾਰਾਂ ਇਮਾਮ ਔਰ ਪੰਜ ਤਿੰਨ ਪਾਕ। ਮੇਰੇ ਨਾਲ ਕਾਲਰ ਮੌਜੂਦ ਹਨ ਲਾਈਨ 'ਤੇ, ਗੱਲ ਕਰਨੀ ਹੈ ਜੀ ਤੁਹਾਡੇ ਨਾਲ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਬਿਸਮਿਲ੍ਲਾ ਕਰਾਂ, ਕੌਣ ਬੋਲ ਰਹੇ ਹੋ ਔਰ ਕਿਹੜੀ ਜਗ੍ਹਾ ਤੋਂ ਬੋਲ ਰਹੇ? ਮੈਂ ਬਰਮਿੰਘਮ ਤੋਂ ਬੋਲ ਰਿਹਾ, ਮੇਰਾ ਨਾਮ ਮੁਹੰਮਦ ਅਕਰਮ ਕਾਦਰੀ ਹੈ। ਜੀ ਕਾਦਰੀ ਸਾਹਿਬ। ਮੈਂ ਜੀ ਫਰਮਾਓ, ਕੀ ਕਹਿਣਾ ਚਾਹੋਗੇ? ਮੈਂ ਦੁਆ ਕਰਨਾ ਚਾਹੁੰਦਾ ਸਾਂ ਜੀ ਜੀ ਦੁਆ ਵਾਸਤੇ। ਬਹੁਤ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਜੁਲੇ ਲਾਲ ਕਲੰਦਰ ਦਾ। ਵਾਹ ਮਾਸ਼ਾਅੱਲਾ। ਬਹੁਤ ਡੀਐਮ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਥੈਂਕ ਯੂ ਥੈਂਕ ਯੂ। ਤੇ ਦੁਆ ਜੀ ਯਾਦ ਰੱਖਿਓ, ਬਿਮਾਰ ਹਾਂ ਤੇ ਅੱਲਾਹ ਪਾਕ ਜੁਲੇ ਲਾਲ ਕਲੰਦਰ ਸਦਕੇ ਸਿਹਤ ਅਤਾ ਫਰਮਾਏ, ਤੇ ਮੈਂ ਮੰਨਤ ਮੰਨਣਾ ਕਿ ਮੈਂ ਠੀਕ ਹੋ ਗਿਆ, ਮਜ਼ਬੂਤ ਹਾਜ਼ਰੀ ਦੇਵਾਂਗਾ। ਸੁਭਾਨਅੱਲਾ, ਕੋਈ ਸ਼ੱਕ ਨਹੀਂ ਇਨਸ਼ਾਅੱਲਾ। ਤੁਸੀਂ ਆਮੀਨ ਮੰਮੂ ਭਾਈ, ਬੜੀ ਬੜੀ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਤੁਸੀਂ ਸਿਹਤਮੰਦ ਹੋ ਜਾਓਗੇ। ਆਮੀਨ। ਮੇਰਾ ਦਾਵਾ ਨਹੀਂ, ਮੇਰੀ ਗੱਲ ਨਹੀਂ, ਮੇਰੀ ਗੱਲ ਤਾਂ ਕੌਣ ਇਤਬਾਰ ਕਰਦਾ? ਇਹ ਪ੍ਰਿੰਦ ਚਰਿੰਦ ਪੱਥਰ ਕੁੱਲ ਕਾਇਨਾਤ ਕਹਿੰਦੀ ਹੈ ਕਿ ਜਿਹਨੇ ਨੀਤੂੰ ਅੰਦਰੋਂ ਇਸ ਦਰਦ ਦੀ ਕੋਈ ਵੀ ਮੰਨਤ ਮੰਨੀ ਹੈ ਉਹ ਕਬੂਲ ਹੋਈ ਹੈ, ਕਿਉਂਕਿ ਨਜ਼ਰੇ ਮੌਲਾ ਨਿਆਜ਼ੇ ਹੁਸੈਨ ਹੈ ਔਰ ਸਖਾਵਤ ਇਹਨਾਂ ਦੇ ਘਰ ਦੀ ਹੈ, ਸ਼ਹਾਦਤ ਇਹਨਾਂ ਦੇ ਘਰ ਦੀ ਹੈ, ਇਬਾਦਤ ਇਹਨਾਂ ਦੇ ਘਰ ਦੀ ਹੈ, ਪਿਆਰ ਮੁਹੱਬਤ ਖਲੂਸ ਇਹਨਾਂ ਦੇ ਘਰ ਤੋਂ ਹੈ। ਕਿਹੜੇ ਪਾਸੇ ਜਾਵਾਂਗੇ? ਇਹਨਾਂ ਤੋਂ ਅੱਟ ਕੇ ਸਾਡਾ ਕੋਈ ਰਸਤਾ ਨਹੀਂ। ਮੁਜਤਬਾ ਹੈਦਰ, ਇਰਤਜ਼ਾ ਹੈਦਰ।